जी का खालसा वाहेगुरु जी की फतेह। अज शहीद आजम सरदार भगत सिंह जी के जन्मदिन नूं समर्पित साडा जिहड़ा अज दा कैंप सी ना ओह बड़े चंगे तरीके नाल जो अज असी सवेर दे असी तड़क्यों अज चार बजे उठे सी साडे टीम दे मैंबर रात भी करीब 12 बजे सुते सिर्फ 2.5-3-4 घंटे सौण तो बाद फिर तड़क्यों 4 बजे उठ के लगे हुए सी क्योंकि अज बड़ा वड्डा दिन सी साडे सुपनिआं दे घर च अखां दा भी कैंप सी दिमाग दा भी कैंप सी ब्लड डोनेशन कैंप भी सीगा ते फिर जिहड़ा साडा अपना परिवार बहुत वड्डा वा जिहड़ा अंदर उहनां दीआं भी जिम्मेवारियां सी पर गुरु की कृपा दे नाल शहीद आजम सरदार भगत सिंह जी के जन्मदिन को समर्पित जिहड़ा अखां दा कैंप लगाया गया सी CMC हस्पताल के माहर डाक्टरों की टीम वालों डॉक्टर साहब नूं बुलायो सारे नूं इत्थे जी एक मिनट ते इन्हां सारे डॉक्टरों की महारत दे सदका बड़ी डेडिकेशन दे नाल इन्हां ने सारे मरीजों नूं चैक किया 500 किन्ने फड़ायो जी पर्ची किन्ने मरीजों की गिणती वाली राजमंत 532 टोटल मरीज जिहड़े अखां दे सीगे चैक डॉक्टर साहब इत्थे आ जाओ अगे जी सर प्लीज़ इत्थे आ जाओ ओ लियायो चक के अपना वो भी फोटो मनुखता की सेवा वाली सन्मानत वाली तो 532 टोटल जिहड़े हैगे आ ना पेशेंटां दा चैकअप किया गया तो जिहदे विचों 55 पेशेंट ने जिन्हां दे अखां दे लैंस पैणे ने जिहदे विचों अज 20 मरीज आ जिहड़े हुण भर्ती कराउण लई असीं जिहड़े दूर दराडे दे सीगे उहनां नूं असीं अज एडमिट करवा रहे हां ਉਹਨਾਂ ਦਾ ਆਪਰੇਸ਼ਨ ਡਾਕਟਰ ਸਾਹਿਬ ਇਹਨਾਂ ਦਾ ਆਪਰੇਸ਼ਨ ਕੱਲ੍ਹ ਹੋਊਗਾ ਹਾਂਜੀ ਹਾਂਜੀ ਇਹਨਾਂ ਦਾ ਕੱਲ੍ਹ 20 ਬੰਦਿਆਂ ਦਾ ਆਪਰੇਟ ਹੋ ਜਾਊਗਾ ਅਤੇ 7 ਮੈਂਬਰ ਇਸ ਤਰ੍ਹਾਂ ਦੇ ਆ ਜਿਨ੍ਹਾਂ ਦੇ ਪੁਤਲੀਆਂ ਪੈਣੀਆਂ ਵਾ 7 ਜਾਂ 8 ਰਾਜਵੰਤ 8 ਮੈਂਬਰ ਨੇ ਜਿਵੇਂ ਇਹ ਬਾਪੂ ਜੀ ਨੇ ਬਾਈ ਜੀ ਕੀ ਨਾਂ ਤੁਹਾਡਾ ਮਨਜੀਤ ਸਿੰਘ ਮਨਜੀਤ ਸਿੰਘ ਵੀ ਟੋਟਲੀ ਬਲਾਈਂਡ ਨੇ ਵੈਸੇ ਇਹ ਇੱਥੋਂ ਦੇ ਨੇ ਦਰਾਹੇ ਦੇ ਕੋਲੇ ਰਾਮਪੁਰਾ ਪਿੰਡ मेटल पै गया ਸੀ ਤੇ ਬਲਾਈਂਡ ਸੀ ਹੁਣ ਵਾਹਿਗੁਰੂ ਦੀ ਮਿਹਰ ਨਾਲ ਅੱਜ ਡਾਕਟਰਾਂ ਦੀ ਟੀਮ ਨੇ ਚੈੱਕਅਪ ਕੀਤਾ ਪਹਿਲਾਂ ਬਾਈ ਕਹਿੰਦੇ ਬੜੀ ਥਾਵਾਂ ਤੇ ਇਲਾਜ ਕਰਾਇਆ ਚੈੱਕਅਪ ਕਰਾਇਆ ਹਾਂ ਜੀ ਮੈਡੀਕਲ ਆਲ ਇੰਡੀਆ ਦੇ ਵਿੱਚ ਚੱਲਦਾ ਸੀਗਾ ਸਾਰਿਆਂ ਨੇ ਜਵਾਬ ਦਿੱਤਾ ਹਾਂ ਉਹਨਾਂ ਨੇ ਇਹੀ ਕਿਹਾ ਸੀਗਾ ਬਈ ਪੁਤਲੀਆਂ ਪੈ ਕੇ ਹੀ ਚਾਲੂ ਹੋਣਗੀਆਂ ਹੋਣਗੀਆਂ ਹਾਂ ਨਹੀਂ ਉਹਦਾ ਕਿੰਨਾ ਖਰਚਾ ਦੱਸਦੇ ਸੀ ਉਹ ਇਹੀ ਆਪਣੀ ਦਵਾਈ ਦਾ ਖਰਚਾ ਸੀਗਾ ਆਪਰੇਸ਼ਨ ਦਾ ਜਿਹੜਾ ਕੋਈ ਸਮਾਨ ਬਾਹਰੋਂ ਆਉਂਦਾ ਉਹ ਖਰਚਾ ਕਿੰਨਾ ਕੁ ਮਤਲਬ ਇੱਕ ਆਪਰੇਸ਼ਨ ਤੇ ਹੋ ਜਾਂਦਾ ਸੀ 7-8 ਹਜ਼ਾਰ ਦਾ ਖਰਚਾ ਅੱਛਾ ਹੁਣ ਤੁਹਾਡੇ ਕੋਲ 7-8 ਹਜ਼ਾਰ ਰੁਪਇਆ ਹੈ ਨਹੀਂ ਸੀ ਬਿਲਕੁਲ ਹੀ ਇਮਾਨਦਾਰੀ ਨਾਲ ਮੇਰੇ ਕੋਈ ਵੀ ਚੀਜ਼ ਮੈਂ 5 ਸਾਲ ਤੋਂ ਭਾਵੇਂ ਬੈਠਾ ਹੱਥ ਖੜੇ ਵਾਲੇ ਹੁਣ ਜਿਹੜੀ ਇੱਥੇ ਅਸੀਂ ਡਾਕਟਰਾਂ ਨਾਲ ਗੱਲ ਕੀਤੀ ਆ ਜਿਹੜੀ 1 ਅੱਖ ਦੀ ਪੁਤਲੀ ਪੈਣੀ ਆ ਉਹਦਾ 30 ਹਜ਼ਾਰ ਰੁਪਇਆ ਖਰਚਾ ਡਾਕਟਰਾਂ ਨੇ ਡਾਕਟਰ ਸਾਹਿਬ ਵੀ ਇੱਥੇ ਖੜੇ ਨੇ ਸਾਰੀ ਟੀਮ ਅਤੇ 30 ਹਜ਼ਾਰ ਰੁਪਏ ਦਾ ਖਰਚਾ ਸਾਨੂੰ CMC ਹੋਸਪਿਟਲ ਦੀ ਡਾਕਟਰਾਂ ਦੀ ਟੀਮ ਵੱਲੋਂ ਕਿਹਾ ਗਿਆ ਵਾ ਵਿੱਚ ਦਵਾਈਆਂ ਪਾ ਕੇ ਜਾਂ ਉੱਥੇ ਸਟੇ 4-5 ਦਿਨਾਂ ਦੀ ਪਾ ਕੇ ਹੋਰ 2-4 ਹਜ਼ਾਰ ਰੁਪਏ ਉੱਪਰ ਥੱਲੇ ਹੋ ਸਕਦਾ ਇਹ ਜਿਹੜੇ ਤੁਹਾਨੂੰ ਪੇਸ਼ੈਂਟ ਅਸੀਂ ਚੈੱਕ ਕਰਾ ਰਹੇ ਹਾਂ ਨਾ ਇਹ ਉਸ ਅਕਾਲ ਪੁਰਖ ਵਾਹਿਗੁਰੂ ਨੇ ਸਾਡੇ ਕੋਲ ਭੇਜੇ ਨੇ ਬਿਲਕੁਲ ਨੀਡੀ ਲੋੜਵੰਦ ਪੇਸ਼ੈਂਟ ਨੇ ਜਿਵੇਂ ਬਾਈ ਜੀ ਨੇ ਕਿਹਾ ਵੀ ਉਹਦੇ ਕੋਲ 5-6 ਹਜ਼ਾਰ ਰੁਪਇਆ ਵੀ ਖਰਚਣ ਲਈ ਹੈ ਨਹੀਂ ਸੀ UP ਤੋਂ ਆਇਆ ਬਾਈ ਤੁਸੀਂ ਕੀ ਲੱਗਦੇ ਉਹਨਾਂ ਦੇ ਸਿਰਫ ਸਾਥੀ ਆ ਉਹ ਬਾਈ ਲੈ ਕੇ ਆਇਆ ਅੱਖਾਂ ਤੋਂ ਅੰਨੇ ਮਨਜੀਤ ਸਿੰਘ ਨਾਮ ਦੱਸਿਆ ਸੀ ਮਨਜੀਤ ਸਿੰਘ ਜੀ ਨੂੰ ਅਤੇ ਮਨਜੀਤ ਸਿੰਘ ਜੀ ਟੋਟਲੀ ਬਲਾਈਂਡ ਨੇ ਅਤੇ ਸਾਡੀ ਬੇਨਤੀ ਆ ਉਹਨਾਂ ਭੈਣ ਭਰਾਵਾਂ ਨੂੰ ਜਿਹੜੇ ਸਾਨੂੰ ਸੋਸ਼ਲ ਮੀਡੀਆ 'ਤੇ ਜਾ ਰਹੀ ਹੈ ਜੁੜੇ ਵੀ ਹੋਏ ਨੇ ਸਾਡੀਆਂ ਵੀਡੀਓ ਵੀ ਦੇਖਦੇ ਨੇ ਵੀ ਜੇ ਤੁਸੀਂ ਕਿਸੇ ਪੇਸ਼ੈਂਟ ਨੂੰ ਅਡੋਪਟ ਕਰਨਾ ਚਾਹੁੰਦੇ ਹੋ ਸੰਗਤ ਨੂੰ ਪਤਾ ਮਨੁੱਖਤਾ ਦੀ ਸੇਵਾ ਪਰਿਵਾਰ ਕੋਈ ਵੀ ਪੈਸਾ ਕੈਸ਼ ਦੇ ਰੂਪ 'ਚ ਜਾਂ ਕਿਸੇ ਵੀ ਰੂਪ ਦੇ ਵਿੱਚ ਨਹੀਂ ਲੈਂਦੇ ਸਿਰਫ ਸਾਡੇ ਜਿਹੜੇ ਪੱਕੇ ਰਜਿਸਟਰਡ ਸੇਵਾਦਾਰ ਨੇ ਅਸੀਂ 1500 ਦੇ ਕਰੀਬ ਇਹਦੇ ਵਿੱਚ ਰਜਿਸਟਰਡ ਮੈਂਬਰ ਹਾਂ ਸਿਰਫ ਸਾਨੂੰ ਉਹੀ ਕੌਂਟਰੀ ਕਰ ਸਕਦੇ ਨੇ ਜਾਂ ਫਿਰ ਸੰਗਤ ਸਾਨੂੰ ਸਮਾਨ ਲੈ ਕੇ ਦੇ ਕੇ ਜਾਂਦੀ ਜੋ ਸਾਨੂੰ ਸਮਾਨ ਚਾਹੀਦਾ ਹੁੰਦਾ ਜਾਂ ਫਿਰ ਜਿੱਥੇ ਸਾਡੇ ਬਿੱਲ ਦੇਣ ਵਾਲੇ ਹੁੰਦੇ ਆ ਹਸਪਤਾਲਾਂ ਦੇ ਉੱਥੇ ਸੰਗਤ ਆਪ ਦੇ ਸਕਦੀ ਆਪਣੇ ਹੱਥੀਂ ਜਾ ਕੇ ਤੁਸੀਂ CMC ਹਸਪਤਾਲ ਦੇ ਵਿੱਚ ਜਾ ਕੇ ਬਿੱਲ ਜਮ੍ਹਾਂ ਕਰਾਉਣਾ ਵਾ ਜਿਵੇਂ ਮਨਜੀਤ ਬਾਈ ਦੀਆਂ ਵੀ ਅੱਖਾਂ ਦੀ ਪੁਤਲੀ ਪੈਣੀ ਆ ਇੱਕ ਆ ਨੰਨਾ ਮੁੰਨਾ ਬੱਚਾ ਵਾ ਪੁੱਤ ਤੇਰਾ ਨਾਂ ਕੀ ਆ ਮਨਪ੍ਰੀਤ
कीर्तनिया सिंह कीर्तन करता है, फादर साहब खड़े ने, दादा जी खड़े ने पिछे, तुम भी बहुत थावां ते दिखाया। 19 ऑपरेशन हो चुके हैं पी जी आई चे बच्चे दे, ते इत्थे आके गुरु की कृपा सच्चे पातशाह दी होई है। डॉक्टर ने चैकअप किया, उन्होंने दस्या भी इहदी पुतली है जिहड़ी पै सकदी आ, बच्चा कीर्तन करदा, ब्रेल लिपि दे राही पढ़ाई भी कर रहा वा। पर माँ बाप आ जिहड़े उह कहिंदे भी असीं अपने वल्लों बहुत यतन कर लिया, हुण साडे कोले खर्चे नूं जां इलाज कराउण नूं पैसे है नहीं। मनप्रीत वास्ते, मनप्रीत दी हजे लंबा जिंदगी दा वड्डा हिस्सा इहदे मूहरे पिया जाउण लई। इस तरह ही साड़ी छोटी भैन, भैन तेरा की ना, जसवीर कौर, राजवंत इत्थे आ जाओ माड़ा जा, राजवंत जी गगन कित्थे आ जा, ये भैन दे भी एक अख दा कहा डॉक्टर ने, कि अख दा कहा भैन, इधरली अख दा, इहदी भी भैन दी देखो एक अख तां ना आ बिलकुल ही खराब आ, आ अख च ऑप्शन हैगी आ। की गल हुई सी भैने, डॉक्टर ने की कहा सी तुहानू पहला, किवें खराब हुई सी अखां? निगाह घट गई थोड़ी, फिर कित्थों कराया सी ऑपरेशन? त्रिलोकी था। अच्छा, फिर भेने अखां दी जो रोशनी चले गई, फिर डॉक्टर ने की कीता? बस कहिंदे हुण साफ इनकार करता, कहिंदा मैं तां लंज पाई नहीं कोई, ओह पैसे सब लै लए। किन्ने पैसे लए? 22,000 एक अख दा लैता, 5 इधर दे। जदों एक अख खराब हो गई सी, फिर दूजी दा कातों कीता उहने? उहने गरंटी लै ली, कहिंदा जी, कहिंदा मेरी गरंटी है वी मेरा वापस आ जाऊगी, कहिंदा। फिर सानू 1.5 साल तक कहीं रख्या उहने, कहिंदा हौली हौली आऊगी, मगरों पड़ दे की ना भेने। मेरा हाँ, देखो जसवीर कौर दी भी उम्र हजे बड़ी घट आ, छोटी जी बच्ची है इहदी बेटी, इहदे इत्थे मकान मालक आए सी शायद नाल, कौन सी इहनां ने कहना तुसीं, है ना, इह वीरे होणी उत्थे नेड़े रहिंदे आ घर दे, इह किराए ते रहिंदे, हसबैंड आ भैण दे, इह माता की करदे सी तुसीं दसदे सी, की हालात सी इहनां दे घर च उत्थे? इह किराए ते बैठे सी जी, आ वीर ने देखे ते इक दिन फिर इहनूं नाल लै के गया, वी आ कुड़ी दा कम आ वी भैण तों नाल चलदा सी गवांढियां जी, बेटी अखां बनी हुई आ, जे इस भैण दियां अखां दी रोशनी आ जावे तो मैनू नहीं लगता दुनिया का इस तो बड़ा कोई होर पुन आप कर सकते हैं, है ना। तो हाँ माँ, सत श्री अकाल, और थोनू की कहा डॉक्टर ने? मैं वो तो इतने आई थी अगे जी, उदों मैनू कहिंदे सी भी मैनू फोन नंबर दे दो जी माँ, फोन नंबर देता सी, मैं एड्रेस पूरा लिखा दिता सी जी माँ, कहिंदे सी असीं तुहानू फोन करांगे जी माँ, फिर थोनू फोन किया परसों? फोन किया नहीं, नहीं हुण नहीं, ਪਹਿਲਾਂ ਪਿਛਲੇ ਕੈਂਪ ਚ ਐਕਤੀ। ਹੁਣ ਤੁਸੀਂ ਆਏ ਹੋ, ਆ ਅੱਖ ਦਾ ਕੀ ਕਿਹਾ ਡਾਕਟਰਾਂ ਨੇ? ਹੁਣ ਤਾਂ ਮੈਨੂੰ ਅਜੇ ਦੱਸਿਆ ਨਹੀਂ, ਇਹ ਅੱਖ ਦੀ ਪੁਤਲੀ ਪੈਣੀ ਆ ਮਾਂ ਡਾਕਟਰ ਕਹਿੰਦੇ ਆ। ਹਾਂਜੀ ਹਾਂਜੀ, ਤੁਹਾਡੇ ਨਾਲ ਕੌਣ ਆ? ਅੱਗੇ ਵੀ ਪੁਤਲੀ ਮੇਰੇ ਨਾਲ ਨਹੀਂ ਕੋਈ। ਕਿਹੜੇ ਪਿੰਡੋਂ ਆ? ਮੈਂ ਤਾਂ ਚੌਂਕੀ ਮਾਨ ਤੇ ਆਈ ਆ, ਉਵੇਂ ਰਹਿੰਦੀ ਤਾਂ ਮੈਂ ਜਗਰਾਮੀ ਹੋਈ ਆ। ਨਹੀਂ, ਤੁਹਾਡੇ ਨਾਲ ਕੋਈ ਆਊਗਾ ਹਸਪਤਾਲ ਘਰੇ, ਘਰੋਂ ਕੋਈ ਆਜੂ? ਨਹੀਂ ਪੁੱਤ, ਮੇਰੇ ਨਾਲ ਤਾਂ ਕੋਈ ਨਹੀਂ ਐਵੇਂ, ਮੈਂ ਕਿਉਂ ਝੂਠ ਬੋਲਾਂ ਜਦ ਮੈਂ ਆਪਦੇ ਘਰ ਹੀ ਆ। ਚਲੋ ਮਾਂ, ਬੁਲਾਉਣਾ ਪੈਣਾ ਕਿਸੇ ਨਾ ਕਿਸੇ ਨੂੰ, ਕਿਉਂਕਿ ਪੁਤਲੀ ਦਾ ਆਪਰੇਸ਼ਨ ਹੋਣਾ ਤਾਂ ਆਪਾਂ ਨੂੰ ਪਰਿਵਾਰ ਦਾ ਕੋਈ ਮੈਂਬਰ ਨਾਲ ਜੇ ਆ ਜਾਵੇ ਤਾਂ ਚੰਗੀ ਗੱਲ ਆ, ਬਾਕੀ ਕੋਈ ਨਾ, ਇਹਨਾਂ ਦੇ ਵੀ ਮਾਤਾ ਜੀ ਦੀ ਅੱਖ ਦੀ ਇੱਕ ਪੁਤਲੀ ਪੈਣੀ ਆ, ਹੈ ਨਾ। ਅਤੇ ਇਸੇ ਤਰ੍ਹਾਂ ਹੀ, ਹਾਂਜੀ ਮਾਤਾ, ਸਤਿ ਸ਼੍ਰੀ ਅਕਾਲ, ਤੁਹਾਡੇ ਪਰਿਵਾਰ 'ਚ ਕੌਣ ਆ ਨਾਲ? ਕਿੱਥੇ ਆ ਜੀ ਧੀ ਜਵਾਈ? ਆ ਭਾਈ ਕੁੜੀ, ਆ ਜਾ ਤੂੰ, ਆ ਜਾ ਭੈਣੇ, ਤੂੰ ਧੀ ਨਹੀਂ? ਹਾਂਜੀ। ਠੀਕ ਆ, ਕੀ ਹੋਇਆ ਮਾਤਾ ਜੀ ਨੂੰ? ਅੱਛਾ ਜੀ, ਹੁਣ ਮੈਂ ਦੋਨਾਂ ਅੱਖਾਂ ਤੋਂ ਨਹੀਂ ਦਿਖਦਾ। ਹਰਸਿਮਰਨ ਕੌਰ, ਤੇ ਇਹਨਾਂ ਦੀ ਵੀ ਮਾਤਾ ਦੀ ਹਰਸਿਮਰਨ ਕੌਰ, ਪਹਿਲਾਂ ਵੀ ਅਪਾਹਜ ਆ, ਹੁਣ ਕਿੱਥੇ ਰਹਿੰਦੇ ਭੈਣੇ? ਕਿਉਂ ਮੁੰਡਾ ਰੋਟੀ ਕਮਾਉਂਦਾ, ਉਹ ਦਿੰਦਾ ਮੈਨੂੰ ਪੈਸੇ ਦਿੰਦਾ ਜੀ, ਤੇ ਵੱਡਾ ਕੀਰਤਨ ਕਰਦਾ,
चल मां घर दे मसले च नहीं पैना पर साडी एक सोचण दी जरूरत आ सानू सानू सिक्ख्या भी लैनी चाहीदी इन्हां चीज़ां तों हुण इह मां तखां तों नहीं आ इहनूं कोई पुछदा नहीं इह जवाई दे घर रहिंदी आ ते पुत आ जिहड़ा उह लोकां नूं सिक्ख्या दे रिहा उह कथावाचक आ उह कीर्तनिया सिंह आ रणजीत सिंह करदा जे मेरी सेवा ते भरावो इह थोड़ा जिहा सोचो ਕਹਿੰਦੇ ਮਾਂ ਘਰੇ ਪਾਣੀ ਨੂੰ ਤਰਸਦੀ ਆ ਪੁੱਤ ਕਹਿੰਦਾ ਬੇਬੇ ਮੈਂ ਤਾਂ ਛਬੀਲ ਲਾਉਣ ਚੱਲਿਆ ਵਾਂ ਤੇ ਇੱਧਰ ਬੇਬੇ ਤੇਰੇ ਘਰ 'ਚ ਕੌਣ ਆ ਤੇਰੇ ਪੁੱਤ ਤੈਨੂੰ ਸਾਂਭਦੇ ਨਹੀਂ ਪੁੱਤ ਜੇ ਸਾਂਭਦੇ ਹੁਣ ਫਿਰ ਘਾਟਾ ਕਾਹਦਾ ਕਿਰਾਏ ਤੇ ਰਹਿੰਦੀ ਬੇਬੇ ਇਕੱਲੀ ਰਹਿੰਦੀ ਉੱਥੇ ਨਾ ਜੇ ਗ੍ਰਾਮ ਤੇ ਬੇਬੇ ਤੂੰ ਘਰੇ ਬਣਦੀ ਨਹੀਂ ਹੁਣ ਤੇਰੀ ਨੂੰਹਾਂ ਨਾਲ ਨਹੀਂ ਨੂੰਹਾਂ ਨੂੰ ਨਾਲ ਕਿਉਂ ਨਹੀਂ ਬਣਦੀ ਨਹੀਂ ਅੜਬਤਾ ਬੇਬੇ ਤੂੰ ਵੀ ਬੜੀਆਂ ਮਹਿੰਦੀ ਮੁੰਦੀ ਬੇਬੇ ਲਾਈ ਫਿਰਦੀਆਂ ਤੂੰ ਵੀ ਦੇ ਹੈਂ ਪੁੱਤ ਮੈਂ ਤਾਂ ਉੱਥੇ ਜੇ ਸੁਭਾਅ ਤਾਂ ਬੇਬੇ ਤੇਰਾ ਵੀ ਬੜਾ ਅੜਬ ਰਿਹਾ ਹੋਊਗਾ ਅੜਬ ਸੁਭਾਅ ਦੀ ਲੱਗਦੀ ਆ ਬੇਬੇ ਤੂੰ ਹੀ ਮੈਨੂੰ ਨਹੀਂ ਪੁੱਤ ਨਾ ਪੁੱਤ ਆਪਾਂ ਅੜਬ ਹੋ ਕੇ ਪੁੱਤ ਲੈਣਾ ਕੀ ਆ ਮਾਲਕ ਚਲੋ ਭਰਾਵੋ ਜੇ ਮਾਵਾਂ ਗੁੱਸਾ ਕਰ ਵੀ ਦੇਣਗੇ ਚਲੋ ਮਾਂ ਦਾ ਸੁਭਾਅ ਅੜਬ ਹੋਵੇ ਵੀ ਪੁੱਤਾਂ ਦਾ ਫਰਜ਼ ਬਣਦਾ ਵੀ ਆਪਾਂ ਉਹਨੂੰ ਆਹ ਉਮਰ 'ਚ ਨਹੀਂ ਅੜਬਾਈ ਦਿਖਾਉਣੀ ਅਸੀਂ ਜੇ ਉਹ ਬਜ਼ੁਰਗ ਮਾਂ ਬੱਚਿਆਂ ਅਰਗੇ ਦਿਮਾਗ ਦੀ ਹੋ ਗਈ ਆ ਤਾਂ ਬੱਚਿਆਂ ਨੂੰ ਤਾਂ ਸਮਝਣਾ ਚਾਹੀਦਾ ਨਾ ਕਹਿੰਦੇ ਇੱਕ ਮਾਂ ਨੇ ਪੰਜ ਬੱਚੇ ਪਾਲ ਲਏ ਪਰ ਪੰਜ ਬੱਚਿਆਂ ਨੇ ਇੱਕ ਮਾਂ ਨਹੀਂ ਪਾਲ ਹੋਈ ਪੰਜ ਬੱਚਿਆਂ ਨੂੰ ਤੇ ਇੱਥੇ ਇੱਕ ਐਗਜ਼ਾਮਪਲ ਹੋਰ ਵੀ ਆ ਦੇਖੋ ਬਾਈ ਆਪਣੇ ਬਾਪੂ ਨੂੰ ਹਾਂ ਬਾਪੂ ਮੇਰੇ ਸੱਤ ਵਿਆਹ ਕਰੇ ਹੋਏ ਆ ਵੀਰ ਬਾਪੂ ਤੇਰੇ ਆਪਦੇ ਕਿ ਕਿਸੇ ਹੋਰ ਦੇ ਮੇਰੇ ਆਪਦੇ ਕਰੇ ਹੋਏ ਆ ਅੱਛਾ ਨੂਹਾਂ ਆਈਆਂ ਹੁਣ ਅੱਛਾ ਬੱਚਿਆਂ ਦੇ ਮਾਹੌਲ ਵੀਰ ਥੋੜਾ ਜਿਹਾ ਠੀਕ ਹੀ ਆ ਠੀਕ ਹੀ ਆ ਕਿਉਂਕਿ ਸਮਾਂ ਹੀ ਇਸ ਤਰ੍ਹਾਂ ਦਾ ਚੱਲ ਰਿਹਾ ਬਾਪੂ ਵੀ ਬਾਪੂ ਜੀ ਆਪਾਂ ਜਦੋਂ ਪਹਿਲਾਂ ਗੱਲ ਕਰਦੇ ਸੀ ਤੁਹਾਨੂੰ ਕਿੰਨੀ ਖੁਸ਼ੀ ਹੋਈ ਸੀ ਜਦੋਂ ਤੁਹਾਨੂੰ ਡਾਕਟਰ ਨੇ ਕਿਹਾ ਬਾਪੂ ਤੇਰੀਆਂ ਅੱਖਾਂ ਠੀਕ ਹੋ ਜਾਣੀਆਂ ਹੈ ਬਾਪੂ ਕੀ ਨਾਂ ਤੁਹਾਡਾ ਮੇਰਾ ਨਾਮ ਅਮਰਜੀਤ ਆ ਅਮਰਜੀਤ ਬਾਪੂ ਪਿੰਡ ਕਿਹੜਾ ਤੇਰਾ ਪਿੰਡ ਦਾ ਸੂਜਾਪੁਰ ਸੂਜਾਪੁਰ ਬੜੈਚੇ ਹਾਂ ਬੜੈਚੇ ਬਾਪੂ ਖੁਸ਼ ਆ ਹੁਣ ਤੇਰੀ ਅੱਖ ਬਣ ਜਾਣੀ ਆ ਸ਼ੁਕਰ ਆ ਬਾਪੂ ਉਹ ਕੋਈ ਗੱਲ ਨਹੀਂ ਜਦੋਂ ਅੱਖਾਂ ਬਣ ਗਈਆਂ ਭਾਈ ਸਾਰਿਆਂ ਦੀਆਂ ਇੱਥੇ ਆ ਕੇ ਸੇਵਾ ਕਰਾ ਕੇ ਜਾਣੀ ਆ ਜਿਨ੍ਹਾਂ ਦੀ ਅੱਖਾਂ ਦੀ ਲਾਈਟ ਬਿਲਕੁਲ ਹੀ ਨਹੀਂ ਹੈਗੀ ਉਹਨਾਂ ਨੂੰ ਜਾਣੀ ਕਿ 10 ਦਿਨ ਦੀ ਡਿਊਟੀ ਆ ਜਿਨ੍ਹਾਂ ਦੀ ਇੱਕ ਇੱਕ ਅੱਖ ਦਾ ਆਪਰੇਸ਼ਨ ਹੋਣਾ ਵਾ ਉਹ ਹਰ ਕੈਂਪ 'ਤੇ ਆਇਆ ਕਰਨਗੇ ਪੰਜ ਕੈਂਪ 'ਤੇ ਸੇਵਾ ਕਰਾਉਣੀ ਹੈ ਪ੍ਰਸ਼ਾਦੇ ਦੀ ਅਤੇ ਜਾਂ ਪ੍ਰਸ਼ਾਦਾ ਵਰਤਾਉਣ ਦੀ ਠੀਕ ਆ ਜੀ ਨਹੀਂ ਨਹੀਂ ਕੈਂਪ 'ਤੇ ਹੀ ਆ ਜਾ ਕੇ ਨਹੀਂ ਬੇਬੇ ਠੀਕ ਆ ਬੇਬੇ ਠੀਕ ਆ ਠੀਕ ਆ ਹਾਂ ਬੇਬੇ ਆਹ ਬੇਬੇ ਆ ਸਾਡੀ ਬੰਬ ਵਾਲੀ ਇਹ ਬੇਬੇ ਦੱਸਦੀ ਆ ਬੇਬੇ ਕਿਵੇਂ ਬੰਬ ਫਟ ਗਿਆ ਸੀਗਾ ਮੈਂ ਵੀਰ ਜੀ ਇੱਥੋਂ ਰਾਕਵੇ ਤੋਂ ਗਈ ਸੀ ਹਾਂਜੀ ਕਿਹੜੇ ਸੰਨ ਦੀ ਗੱਲ ਆ ਇਹ ਜੀ ਵੀਰ ਜੀ 91 ਦੀ ਗੱਲ 91 ਦੀ ਹਾਂਜੀ ਮੇਰੇ ਬੱਚੇ ਛੋਟੇ ਛੋਟੇ ਮੇਰੇ ਪੇਕੇ ਦੁਗਰੀ ਆ ਜੀ ਅਸੀਂ ਤੁਰੇ ਹੀ ਜਾਂਦੇ ਇੱਥੋਂ ਪਹਿਲਾਂ ਦੁਗਰੀ ਤਿੰਨ ਦਾ ਰਹੇ ਜੀ ਤਿੰਨ ਦਾ ਰਹੇ ਜਾਂ ਸਾਡੇ ਘਰ ਦੇ ਆ ਗਏ ਜੀ ਕਹਿੰਦਾ ਜੀ ਆਪਾਂ ਮੇਰੀ ਭੈਣ ਆ ਗਈ ਬਲਾਰੇ ਤੋਂ ਜੀ ਬਲਾਰੇ ਤੋਂ ਉਹਦਾ ਮੁੰਡਾ ਸੀ 8 ਮਹੀਨੇ ਮੇਰਾ ਮੁੰਡਾ ਸਾਲ ਦਾ ਸੀਗਾ ਜੀ ਗੋਦੀ ਚੱਕਾ ਕਹਿੰਦਾ ਚੱਲ ਬੀਬੀ ਅਸੀਂ ਤਾਂ ਜਾਂਦੇ ਹਾਂ ਬੇਬੇ ਬਾਲਾ ਹੌਲੀ ਚੱਲਦੀ ਹੈ ਥੋੜ੍ਹਾ ਤੇਜ਼ ਚੱਲ ਭਾਈ ਹੁਣ ਕੀ ਦੱਸਾਂ ਫਿਰ ਬੇਬੇ ਜ਼ਿਆਦਾ ਸੀ ਗਏ ਵੀਰੇ ਰੇਲ ਗੱਡੀ ਦੇਖੀ ਤਾਂ ਦੋ ਹੀ ਗੱਡੀਆਂ ਗਈਆਂ ਕਾਰਾਂ ਤੀਜੀ ਗੱਡੀ ਤਾਂ ਐਡੀ ਐਡੀ ਬਜਰੀ ਬੱਟੇ ਪਏ ਉੱਥੇ ਐਂ ਜਾ ਕੇ ਐਂ ਪੈਰ ਧਰਿਆ ਗਿਆ ਜੀ ਤੇਰਾ ਹਾਂਜੀ ਸਾਡੇ ਘਰ ਦੇ ਜਾਣੀ ਟੋਭਾ ਸੀ ਕੋਲ ਗਿੱਲਾਂ ਦਾ ਉੱਥੇ ਐਂ ਟੇਢੇ ਹੋ ਗਏ ਦੋ ਬੱਚਿਆਂ ਨੂੰ ਲੈ ਕੇ ਮੇਰੀ ਭੈਣ ਵੀ ਹੋ ਗਈ ਮੈਂ ਮੁੰਡਾ ਭਾਲਦੀ ਰਹਿ ਗਈ ਮੈਂ ਕਹਿੰਦੀ ਛੁੱਟ ਕੌਣ ਦੀ ਜੀ ਮੈਂ ਮੇਰਾ ਮੁੰਡਾ ਕਿੱਥੇ ਮੇਰਾ ਮੁੰਡਾ ਕਿੱਥੇ ਤੇਰਾ ਪੈਰ ਰੱਖਿਆ ਗਈ ਬੰਬ ਤੇ ਹਾਂਜੀ ਐਂ ਬਜਰੀ ਦੇ ਉੱਤੇ ਵਿੱਚ ਉੱਤੇ ਬਜਰੀ ਉੱਤੇ ਬਜੀ ਥੱਲੇ ਬੰਬ ਰੱਖੇ ਤਿੰਨ ਇੱਕੋ ਹੀ ਚੱਲਿਆ ਸੀਗਾ ਅੱਛਾ ਜੀ ਤਿੰਨ ਐਡੇ ਐਡੇ ਉਵੇਂ ਚੱਕੇ ਫਿਰ ਉੱਤੇ ਵੀ ਜੀ 30-35 ਫੁੱਟ ਤਾਂ ਚਾਹ ਚੜੀ ਤੁਸੀਂ ਉੱਡ ਕੇ ਤਾਂ ਨੂੰ ਹਾਂਜੀ ਅੱਡਾ ਮੋਟਾ ਪਿੱਪੜ ਦਾ ਡਾਣਾ ਮੇਰੇ ਇੱਥੇ ਡਿੱਗਣਾ ਸੀ ਇੱਥੇ ਡਿੱਗ ਪਿਆ ਨਾਲ ਹੀ ਫਰਕ ਨਾ ਜਾਣੀ ਵੀ ਜੀ ਉੱਤੇ ਅਸੀਂ ਜਦ ਫਿਰ ਬੇਬੇ ਆ ਸਿਰ ਤੇ ਸੱਟ ਲੱਗੀ ਸੀ ਉਦੋਂ ਸਿਰ 'ਚ 82 ਟਾਂਕੇ ਲੱਗੇ ਸੀ
ਸਿਰ ਫਟ ਗਿਆ ਸੀ ਪੂਰੇ ਸਾਰਾ ਹੀ ਆ ਪਾਸਾ ਸਾਰਾ ਹੀ ਫਟ ਗਿਆ ਹਾਂ ਜਗ੍ਹਾ ਤਾਂ ਇੱਥੇ ਤੇ ਲਾ ਕੇ ਜਾਣੀ ਆ ਸਾਰੇ ਸਰ ਲਾਈ ਪੈ ਗਏ ਸਿਉਂਤੀ ਗਈ ਹਾਂਜੀ ਜਾਣੀ ਮੈਂ 2-2.5 ਮਹੀਨਿਆਂ ਬਾਅਦ ਬੋਲੀ ਮੇਰਾ ਸੱਜੇ ਪੈਰ ਦਾ ਗੋਠਾ ਐਂ ਕਰਕੇ ਹਿੱਲਿਆ ਜਾਣੀ ਮੇਰੇ ਮਾਂ ਪਿਓ ਮੇਰੇ ਭਾਈ ਭਰਜਾਈਆਂ ਕਹਿਣ ਵੀ ਨਹੀਂ ਕੁੜੀ ਹੈ ਨਹੀਂ ਗੀ ਸਰਕਾਰੀ ਹਸਪਤਾਲ 'ਚ ਇਲਾਜ ਹੋਇਆ ਸੀ CMC ਦੇ ਸਾਰੇ ਆਪਣੇ ਸਾਰੇ ਲੁਧਿਆਣੇ ਦੇ ਵਿੱਚ ਹਸਪਤਾਲਾਂ ਨੇ ਮੈਨੂੰ ਵੀਰ ਜੀ ਸਾਂਭਿਆ ਹੀ ਨਹੀਂ ਸੀਗਾ ਪਾਣੀ ਪਿਲਾਇਓ ਬੇਬੇ ਨੂੰ ਇੱਧਰ ਸਾਂਭਿਆ ਤਾਂ ਮੈਨੂੰ CMC ਵਾਲੇ ਪੁਲਿਸ ਵਾਲੇ ਨੇ ਫਾਇਲ ਕੀਤੇ ਵੀਰ ਜੀ ਉਹਨਾਂ ਨੇ ਮੈਨੂੰ ਫਿਰ ਅੰਦਰ ਵਾੜਿਆ ਪਰ ਮੈਨੂੰ ਵੀਰ ਜੀ ਪਤਾ ਕੀ ਨਾਮ ਬੇਬੇ ਮੇਰਾ ਨਾਮ ਜੀ ਵਿਦਿਆ ਵਿਦਿਆ ਮਾਤਾ ਇਹਨੂੰ ਜਿੰਦਾ ਸ਼ਹੀਦਾ ਦਰਜਾ ਕਾਹਤੋਂ ਨਹੀਂ ਦਿੱਤਾ ਗਿਆ ਭਾਈ ਇੱਥੇ ਬਿੱਟੇ ਉਹਨਾਂ ਨੂੰ ਜਿੰਦਾ ਸ਼ਹੀਦਾ ਦਰਜਾ ਦਿੱਤਾ ਹੋਇਆ ਇਹ ਵੀ ਜਿੰਦਾ ਸ਼ਹੀਦੀ ਹੈ ਬੇਬੇ ਬੰਬ ਦੇ ਵਿੱਚ ਸਾਰੀ ਉੱਡ ਗਈ ਸੀਗੀ ਅੱਖਾਂ ਤੋਂ ਅੰਨੀ ਹੋ ਗਈ ਉਦੋਂ ਤੋਂ ਲੈ ਕੇ ਅੱਜ ਤੱਕ ਅੰਨੀ ਹੋ ਕੇ ਗੁਜ਼ਾਰਾ ਕਰ ਰਹੀ ਹੈ ਵਿਚਾਰੀ 91 ਤੋਂ ਲੈ ਕੇ ਅੱਜ ਕਿੰਨੇ ਸਾਲ ਹੋ ਗਏ ਜੀ 9 ਸਾਲ ਉਹ ਹੋ ਗਏ 22 ਇਹ ਹੋ ਗਏ ਜੀ 30 ਸਾਲ ਹੋਣ ਵਾਲੇ ਆ 1 ਸਾਲ ਘੱਟ ਤੀਆਂ ਤੋਂ ਤੇ ਇਹ ਵਿਦਿਆ ਨੂੰ ਵਿਚਾਰੀ ਨੂੰ ਕੌਣ ਪੁੱਛਦਾ ਕੋਈ ਸਰਕਾਰ ਨੇ ਮੁਆਵਜ਼ਾ ਦਿੱਤਾ ਬੇਬੇ ਕੁਛ ਨਹੀਂ ਜੀ ਦਿੱਤਾ ਲੈ ਸੁਣ ਲਓ ਗੱਲ ਜੀ ਮੇਰੇ ਕੋਲ ਜੀ ਘਰ ਵਾਲਾ ਵੀ ਕਈ ਸਾਲ ਉਹਨਾਂ ਨੂੰ ਮੁੱਕ ਗਏ ਹੁਣ ਬੱਚੇ ਆ ਦਿਹਾੜੀ ਜੋ ਤਾਂ ਕਰਦੇ ਨੇ ਖਾਂਦੇ ਨੇ ਤੇ ਆਪਦਾ ਮਾੜਾ ਮੱਕਾ ਅੱਜ ਇਹ ਵਿਦਿਆ ਮਾਤਾ ਦੀ ਅੱਖ ਦੀ ਪੁਤਲੀ ਦਾ ਆਪਰੇਸ਼ਨ ਹੋਣ ਜਾ ਰਿਹਾ ਤੇ ਬੇਬੇ ਵਿਦਿਆ ਨੂੰ ਬੰਬ ਦੇ ਨਾਲ ਉਸ ਟਾਈਮ ਅੱਤਵਾਦ ਦੇ ਸਮੇਂ ਦੇ ਵਿੱਚ ਬੇਬੇ ਕਹਿੰਦੀ ਉਸ ਟਾਈਮ ਕਾਲੇ ਦੌਰ ਦੇ ਸਮੇਂ ਦੇ ਵਿੱਚ ਉਸ ਟਾਈਮ ਸਰਕਾਰੀ ਅੱਤਵਾਦ ਕਹਾਂਗੇ ਕਿਉਂਕਿ ਸਰਕਾਰ ਨੇ ਵੀ ਆਪਣੇ ਵਿੱਚ ਬੰਦੇ ਲੜਾਤੇ ਸੀ ਉਸ ਟਾਈਮ ਜੋ ਉਸ ਟਾਈਮ ਕੁਛ ਹੋਇਆ ਉਹਦੇ ਵਿੱਚ ਫਿਰ ਗਿੱਲੀ ਵੀ ਅਤੇ ਸੁੱਕੀ ਵੀ ਦੋਨੇ ਹੀ ਮੱਚੀਆਂ ਹੁਣ ਮਾਤਾ ਦਾ ਕੋਈ ਕਿਸੇ ਨਾਲ ਬੈਰ ਵਿਰੋਧ ਨਹੀਂ ਸੀ ਵਿਚਾਰੀ ਦਾ ਇਹ ਤਾਂ ਆਪਦੇ ਪੇਕਿਆਂ ਤੋਂ ਸਹੁਰਿਆਂ ਤੋਂ ਤੁਰ ਕੇ ਜਾ ਰਹੀ ਸੀ ਵਾਪਸ ਭੈਣਾਂ ਕੋਲ ਨੂੰ ਚੱਲੀ ਸੀ ਰਸਤੇ 'ਚ ਉੱਥੇ ਬੰਬ ਪਲਾਂਟ ਕੀਤਾ ਹੋਇਆ ਸੀਗਾ ਪੁਲਿਸ ਦੀਆਂ ਜਾਂ ਗੱਡੀਆਂ ਅੜਾਉਣੀਆਂ ਸੀ ਜਾਂ ਕੀ ਸੀ ਇਹ ਰੱਬ ਜਾਣਦਾ ਬੇਬੇ ਤੈਨੂੰ ਪਤਾ ਕੀ ਗੱਲ ਹੋਈ ਸੀ ਪਤਾ ਨਹੀਂ ਵੀਰ ਜੀ ਬਸ ਦੋ ਹੀ ਗੱਡੀਆਂ ਨੂੰ ਘਰ ਨਾਰੇ ਲਾਉਂਦੇ ਆਉਂਦੇ ਨੇ ਮੈਂ ਕਿਹਾ ਦੱਸ ਘਰੇ ਭਾਵਾਂ ਬੁੜੀਆਂ ਰੋਟੀ ਤੋਂ ਆਟੇ ਨੂਣ ਤੋਂ ਬੈਠੀਆਂ ਹੁਣ ਇਹ ਨਾਰੇ ਪੈਂਦੇ ਇਹਨਾਂ ਦਾ ਖਾ ਪੀ ਕੇ ਘਰੇ ਜਾ ਬਣਨਾ ਵਾ ਬਸ ਵੀਰ ਜੀ ਦੋ ਹੀ ਗੱਡੀਆਂ ਨੇ ਕਿ ਤੀਜੀ ਗੱਡੀ ਦਾ ਮੈਨੂੰ ਕੋਈ ਪਤਾ ਨਹੀਂ ਕਿਉਂਕਿ ਉਦੋਂ ਵੋਟਾਂ ਸੀਗੀਆਂ ਜੀ 91 ਦੇ ਵਿੱਚ ਲਾਸਟ ਤੇ 92 ਦੇ ਵਿੱਚ ਸਰਕਾਰ ਚੁਣੀ ਗਈ ਹੈ ਬੇਅੰਤ ਸਰਕਾਰ ਉਹ ਸੁਣੀ ਗੱਲ ਬਾਈ ਤੇ ਉਦੋਂ ਵੋਟਾਂ ਵਾਲੀਆਂ ਗੱਡੀਆਂ ਤੇ ਬਹੁਤ ਹਮਲੇ ਹੁੰਦੇ ਸੀਗੇ ਹੋ ਸਕਦਾ ਉਦੋਂ ਵੋਟਾਂ ਵਾਲੀ ਕਿਸੇ ਗੱਡੀ ਤੇ ਹਮਲਾ ਹੋਇਆ ਹੋਵੇ ਤੇ ਮਾਤਾ ਵਿਦਿਆ ਕੌਰ ਵਿਚਾਰੀ ਐਵੇਂ 40 ਫੁੱਟ ਤਾਂ ਅੜਾਤੀ ਹਵਾ ਦੇ ਵਿੱਚ ਬੰਬ ਨਾਲ ਤੇ ਅੱਜ ਅੰਨੀ ਹੋ ਕੇ ਬੇਬੇ ਜ਼ਿੰਦਗੀ ਬਤੀਤ ਕਰ ਰਹੀ ਹੈ ਤੇ ਮਾਤਾ ਦੀ ਅੱਖਾਂ ਦੀ ਰੋਸ਼ਨੀ ਵਾਪਸ ਆ ਜਾਵੇ ਇਹ ਮਾਂ ਸਾਡੀ ਆਪਣੀ ਇਸ ਰੰਗਲੀ ਦੁਨੀਆ ਨੂੰ ਦੇਖ ਸਕੇ ਕਰਾਂਗੇ ਸੇਵਾ ਹਾਂ ਮਾਂ ਕਰਾਂਗੇ ਸੇਵਾ ਕੌਣ ਆਇਆ ਨਾਲ ਤੇਰੀ ਮਾਂ ਉਹ ਮੇਰੀ ਭੈਣ ਆ ਭੈਣ ਆਈ ਆ ਠੀਕ ਆ ਠੀਕ ਆ ਜਾਨੀ ਭੈਣੇ ਤੇਰੇ ਕੋਲੇ ਚੱਲੀ ਸੀ ਉਦਣ ਇਹ ਓਹੋ ਤੂੰ ਥੋੜਾ ਨੇੜੇ ਵਿਆਹ ਕਰਾ ਲੈਣ ਦੀ ਬਚ ਜਾਣਾ ਸੀ ਇਹਨੇ ਇਹ ਦੇਖੋ ਇਹਨਾਂ ਸਾਰੇ ਰੱਬ ਵਰਗੇ ਸਾਡੇ ਪਰਿਵਾਰਕ ਮੈਂਬਰਾਂ ਦੀਆਂ ਅੱਖਾਂ ਦੀਆਂ ਪੁਤਲੀਆਂ ਪੈਣੀਆਂ ਤੇ ਇੱਧਰ ਸਾਡੇ ਬਾਪੂ ਬਜ਼ੁਰਗ ਸਾਡੀਆਂ ਮਾਵਾਂ ਇਹਨਾਂ ਦੇ ਅੱਜ ਆਪਰੇਟ ਹੋਣੇ ਆ ਜਿਹੜੇ ਜਿਵੇਂ ਤੁਹਾਨੂੰ ਦੱਸਿਆ 532 ਮਰੀਜ਼ਾਂ ਦਾ ਚੈੱਕਅਪ ਹੋਇਆ ਪਹਿਲਾਂ ਡਾਕਟਰਾਂ ਦੀ ਟੀਮ ਨੂੰ ਸਨਮਾਨਿਤ ਕਰ ਦਈਏ ਜੀ ਇਹਨਾਂ ਨੇ ਜਾਣ ਆ ਜਾਓ ਬਾਈ ਜੀ ਸਰ ਆ ਜਾਓ ਇੱਧਰ ਆ ਜਾਓ ਬਾਈ ਜੀ ਤੁਸੀਂ ਵਿਨੋਦ ਜੀ ਆ ਜਾਓ ਇੱਥੇ ਆ ਜਾਓ ਡਾਕਟਰ ਸਾਹਿਬ ਸਾਡੇ ਵੱਲੋਂ ਜੀ ਛੋਟਾ ਜਿਹਾ ਇੱਕ ਹੈ ਨਾ ਇੱਕ ਯਾਦਗਾਰੀ ਭੈਣੇ ਥੈਂਕ ਯੂ ਤੁਹਾਡਾ ਤੁਸੀਂ ਹੈ ਨਾ ਸਾਡੀ ਅੱਜ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੰਨੀ ਜ਼ਿਆਦਾ ਸਪੋਰਟ ਕੀਤੀ ਆ ਜਾਓ ਡਾਕਟਰ ਸਾਹਿਬ ਨਾਲ ਆ ਜਾਓ ਤੁਸੀਂ ਬਾਈ ਜੀ ਆ ਜਾਓ ਪੁੱਤ ਨਾਲ ਆ ਜਾਓ ਸਾਰੇ ਬੱਚੇ ਆ ਜਾਓ ਭੈਣੇ ਆ ਜਾਓ ਡਾਕਟਰ ਸਾਹਿਬ ਆ ਜਾਓ ਅਤੇ ਇਹ CMC ਹੋਸਪਿਟਲ ਦੀ ਜਿਹੜੀ ਡਾਕਟਰਾਂ ਦੀ ਟੀਮ ਆ ਅਸੀਂ ਧੰਨਵਾਦੀ ਵੀ ਇਹਨਾਂ ਦੇ ਆ ਜਾਓ ਸ਼ਿੰਦੇ ਬਾਈ ਇੱਧਰ ਨਾਲ ਲੱਗੋ ਆ ਕੇ ਰਾਜਵੰਤ ਬਾਈ ਦੇ ਬੁਲਾ ਚਲੋ ਕੰਮ ਕਰਦੇ ਕੋਈ ਨਾ ਖਿੱਚਦੇ ਵੀਰੇ ਫੋਟੋ ਅੱਜ ਥੈਂਕ ਯੂ ਭੈਣੇ ਤੇਰਾ ਬਹੁਤ ਬਹੁਤ ਡਾਕਟਰ ਸਾਹਿਬ ਥੈਂਕ ਯੂ ਵੈਰੀ ਮੱਚ ਸਾਰੇ ਜਣੇ ਨਾਲ ਇੱਕ ਇੱਕ ਤਾੜੀ ਜ਼ਰੂਰ ਮਾਰੀ ਆਪਾਂ ਕਲੈਪਿੰਗ CMC ਹਸਪੀਟਲ ਦੀ ਡਾਕਟਰਾਂ ਦੀ ਟੀਮ ਵਾਸਤੇ ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਥੈਂਕ ਯੂ ਤੁਹਾਡਾ ਤੁਸੀਂ ਹੁਣ ਜਾਣਾ ਹੀ ਇਹਨਾਂ ਨੂੰ ਲੈ ਕੇ ਜਾਣਾ 20 ਪੇਸ਼ੈਂਟਸ ਨੂੰ ਗੱਡੀ ਆ ਗਈ ਬਸ ਤੁਹਾਡੀ ਠੀਕ ਹੈ ਜੀ ਲਗਵਾਓ ਬਸ ਫਿਰ ਆਪਾਂ ਪੇਸ਼ੈਂਟ ਬਿਠਾਈਏ ਜੀ ਗੱਡੀ ਉੱਥੇ ਲੈ ਕੇ ਜਾਣਾ ਠੀਕ ਹੈ ਠੀਕ ਆ ਫਿਰ ਇਹਨਾਂ ਨੂੰ ਜੀ ਅਸੀਂ 20 ਪੇਸ਼ੈਂਟਸ ਨੂੰ ਅੱਜ ਇਹਨਾਂ ਦਾ ਆਪਰੇਟ ਕੱਲ੍ਹ ਹੋਊਗਾ ਕੱਲ੍ਹ ਹੋ ਜਾਊਗਾ ਹੈ ਨਾ
ਤੇ ਇਹਨਾਂ ਦੇ ਜਿਹੜੇ 20 ਮਰੀਜ਼ ਆ ਸਾਡੇ ਨਾ ਜਿਵੇਂ 532 ਮਰੀਜ਼ਾਂ ਦੇ ਵਿੱਚੋਂ 55 ਜਣਿਆਂ ਦੇ ਲੈਂਸ ਪੈਣੇ ਆ ਜਿਹਦੇ ਵਿੱਚੋਂ 20 ਮਰੀਜ਼ ਅਸੀਂ ਅੱਜ ਭੇਜ ਰਹੇ ਹਾਂ ਜੀ 35 ਮਰੀਜ਼ਾਂ ਨੂੰ ਸੋਮਵਾਰ ਨੂੰ ਐਤਵਾਰ ਨੂੰ ਸ਼ਾਮ ਨੂੰ ਹਾਂਜੀ ਅਸੀਂ ਇੱਥੇ ਬੁਲਾ ਲਈਏ 2 ਵਜੇ ਦੇ ਕਰੀਬ ਤੁਸੀਂ ਆ ਕੇ ਇੱਥੋਂ ਫਿਰ ਇੱਥੋਂ ਲੈ ਜਾਓ ਤੁਹਾਡੀ ਬੱਸ ਆ ਕੇ ਹੋਸਪਿਟਲ ਲੈ ਜਾਏਗੀ ਹੈ ਨਾ ਅਤੇ ਉਹਨਾਂ ਦਾ ਫਿਰ ਮੰਨ ਲਓ ਸੋਮਵਾਰ ਨੂੰ ਓਪਰੇਟ ਹੋ ਜਾਊਗਾ ਹੈ ਨਾ ਜੀ ਅਤੇ ਉਹਨਾਂ ਦੇ ਸੋਮਵਾਰ ਨੂੰ ਓਪਰੇਟ ਹੋਣਗੇ ਬਾਪੂ ਸਾਰੇ ਜਣੇ ਜਿਹੜੇ ਆਪਣੇ ਇੱਧਰਲੇ ਪਾਸੇ ਜਿਹੜੇ 35 ਮੈਂਬਰ ਬੈਠੇ ਆ ਸਿਲੈਕਟ ਹੋਏ ਹੱਥ ਖੜਾ ਕਰਿਓ ਜੀ ਸਾਰੇ ਜਿਹੜੇ 35 ਬੰਦਿਆਂ ਦੇ ਓਪਰੇਟ ਹੋਣੇ ਆ ਠੀਕ ਆ ਤੁਹਾਨੂੰ ਇੱਕ ਤਾਂ ਬੇਨਤੀ ਆ ਜੀ ਤੁਹਾਨੂੰ ਐਤਵਾਰ ਨੂੰ ਤੁਸੀਂ ਸਵੇਰੇ 9-10 ਵਜੇ ਇੱਥੇ ਪਹੁੰਚਣਾ ਸਾਡੇ ਕੋਲੇ ਠੀਕ ਹੈ ਜੀ ਕੋਈ ਨਾ ਚੱਲਣ ਦਿਓ ਡਾਕਟਰ ਸਾਹਿਬ ਨੂੰ ਜਾਣਾ ਵੀ ਹੈ ਅਤੇ ਤੁਹਾਡਾ ਬਹੁਤ ਧੰਨਵਾਦ ਹੈ ਜੀ ਸਾਰਿਆਂ ਦਾ ਤੁਸੀਂ ਇੱਥੇ ਆਏ ਅਤੇ ਅੱਜ ਤੁਹਾਨੂੰ ਅਸੀਂ ਅੱਖਾਂ ਦਾ ਆਪਰੇਸ਼ਨ ਕਰਾਉਣ ਜੀ ਅਸੀਂ ਅਕਾਲ ਪੁਰਖ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਤੁਹਾਡੇ ਆਪਰੇਸ਼ਨ ਸਹੀ ਸਲਾਮਤ ਹੋ ਜਾਣ ਤੁਸੀਂ ਆਪਣੇ ਪੁੱਤ ਪੋਤੇ ਦੋਹਤੇ ਦੋਹਤੀਆਂ ਦੇ ਨਾਲ ਆਪਣਾ ਇੱਕ ਚੰਗਾ ਖੁਸ਼ੀਆਂ ਭਰਿਆ ਜੀਵਨ ਬਤੀਤ ਕਰੋ ਗੁਰੂ ਸਾਹਿਬ ਤੁਹਾਡੀ ਅੱਖਾਂ ਦੀ ਰੋਸ਼ਨੀ ਨੂੰ ਬਰਕਰਾਰ ਰੱਖਣ ਅਤੇ ਧੰਨਵਾਦ ਡਾਕਟਰ ਸਾਹਿਬ ਤੁਹਾਡੀ ਟੀਮ ਦਾ CMC ਹੋਸਪਿਟਲ ਦੀ ਮੈਨੇਜਮੈਂਟ ਦਾ ਬਹੁਤ ਧੰਨਵਾਦ ਆ ਜੀ ਅਤੇ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਦੀਆਂ ਵੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਉਹਨਾਂ ਨੇ ਯੋਧਿਆਂ ਨੇ ਜਿਹੜਾ ਸਾਨੂੰ ਦੇਸ਼ ਦੀ ਆਜ਼ਾਦੀ ਲੈ ਕੇ ਦਿੱਤੀ ਉਹਨਾਂ ਦੇ ਨਾਮ ਤੇ ਆਪਾਂ ਇੱਕ ਨਾਰਾ ਵੀ ਲਾਉਣਾ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਠੀਕ ਹੈ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਤੁਸੀਂ ਇੱਥੇ ਅੱਜ ਇਸ ਕੈਂਪ ਦਾ ਹਿੱਸਾ ਬਣੇ ਧੰਨਵਾਦ ਥੈਂਕ ਯੂ ਬਾਈ ਥੈਂਕ ਯੂ ਅਤੇ ਇੱਕ ਮੈਂ ਜਿਹੜੀ ਗੱਲ ਕਰਦਾ ਹਾਂ ਧੰਨਵਾਦ ਬਾਈ ਜੀ ਧੰਨਵਾਦ ਬਾਈ ਜੀ ਨਾਲ ਲੱਗ ਕੇ ਇਕੱਲੇ ਇਕੱਲੇ ਪੇਸ਼ੈਂਟ ਨੂੰ ਗੱਡੀ 'ਚ ਬਿਠਾਉਣਾ ਗਿਣ ਕੇ ਨਾਮ ਲੈ ਕੇ ਬੱਸ ਦੇ ਗੇਟ ਤੇ ਇੱਕ ਬੰਦਾ ਖੜ ਜਾਓ ਇਕੱਲੇ ਇਕੱਲੇ ਦਾ ਨਾਮ ਲਿਖਣਾ ਖਾਨੇ ਵਾਲਿਓ ਨਾਲ ਜਾਓ ਪੁੱਤ ਇੱਕ ਡੈਰੀ ਲੈ ਲਓ ਇਕੱਲੇ ਇਕੱਲੇ ਮਰੀਜ਼ ਦਾ ਨਾਮ ਲਿਖਣਾ ਆਪਾਂ ਹੈਗਾ ਠੀਕ ਹੈ ਬਾਪੂ ਠੀਕ ਹੈ ਆਪਣਾ ਨਗਰ ਕਿਹੜਾ ਜੀ ਠੀਕ ਹੈ ਭੈਣੇ ਸਤਿ ਸ਼੍ਰੀ ਅਕਾਲ ਹਾਂ ਬਾਈ ਤੁਹਾਡੀਆਂ ਅੱਖਾਂ ਦਾ ਆਪਰੇਸ਼ਨ ਹੋਣ ਜਾ ਰਿਹਾ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਅਸੀਂ ਤੁਸੀਂ ਠੀਕ ਹੋ ਜਾਵੋ ਇਹਨਾਂ ਨੂੰ ਦਿਖਾਈ ਨਹੀਂ ਦਿੰਦਾ ਬਿਲਕੁਲ ਹੀ ਬਾਈ ਨੂੰ ਹੈ ਨਾ ਟੋਟਲੀ ਬਲਾਈਂਡ ਨੇ ਅਤੇ ਇਹਨਾਂ ਵਾਸਤੇ ਅਰਦਾਸ ਕਰਿਓ ਵੀ ਇਹ ਠੀਕ ਹੋ ਜਾਣ ਹਾਂਜੀ ਦੱਸਦਾ 2 ਮਿੰਟ ਰੁਕੋ ਅਤੇ ਜਿਹੜੇ 35 ਪੇਸ਼ੈਂਟ ਨੇ ਨਾ ਜੀ ਉਹਨਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਅਸੀਂ ਮਾਫ਼ੀ ਮੰਗਦੇ ਨਹੀਂ ਤਾਂ ਅਸੀਂ ਅੱਜ ਹੀ ਤੁਹਾਡਾ ਆਪਰੇਸ਼ਨ ਕਰਾਉਣਾ ਸੀ ਪਰ ਅਸੀਂ ਨਹੀਂ ਚਾਹੁੰਦੇ ਆਪਾਂ ਕਾਹਲੀ ਦੇ ਵਿੱਚ ਹੈ ਨਾ ਦੇਖੋ ਉਹਨਾਂ 'ਤੇ ਪ੍ਰੈਸ਼ਰ ਪਾਈਏ ਵੀ ਸਾਰੇ ਮਰੀਜ਼ਾਂ ਨੂੰ ਲੈ ਕੇ ਜਾਓ ਅਤੇ ਕਾਹਲੀ 'ਚ ਕਈ ਵਾਰੀ ਕੋਈ ਗਲਤੀ ਹੋ ਜਾਂਦੀ ਆ ਆਪਾਂ ਆਰਾਮ ਨਾਲ ਤਸੱਲੀ ਨਾਲ ਕਰਾਉਣਾ ਸੋਮਵਾਰ ਨੂੰ ਤੁਸੀਂ ਸਵੇਰੇ 11-12 ਵਜੇ ਨੂੰ ਸਾਡੇ ਕੋਲ ਪਹੁੰਚ ਜਾਓ 2 ਵਜੇ ਇਹਨਾਂ ਦੀ ਬੱਸ ਨੇ ਇੱਥੇ ਆਉਣਾ ਸੋਰੀ ਐਤਵਾਰ ਨੂੰ ਮਾਫ਼ੀ ਮੰਗਦਾ ਐਤਵਾਰ ਨੂੰ ਜਾਣੀ ਕਿ ਤੁਸੀਂ ਸਵੇਰੇ 10 ਵਜੇ ਨੂੰ ਹੀ ਆ ਜਾਓ ਚਾਹੇ ਲੇਟ ਨਾ ਹੋਇਓ ਕਿਉਂਕਿ 1-2 ਘੰਟੇ ਸਾਡੇ ਵੀ ਇੱਥੇ ਲੱਗ ਜਾਂਦੇ ਆ ਕੁਛ ਕਰਦੇ ਰਹਿੰਦੇ ਜਿਹੜਾ ਅਸੀਂ ਅਤੇ 2 ਵਜੇ ਉਹ ਬੱਸ ਆ ਕੇ ਲੈ ਜਾਊ ਜਾਣੀ ਕਿ ਤੁਸੀਂ 2 ਦਾ ਟਾਈਮ ਨਾ ਰੱਖ ਲਿਓ ਕਿਤੇ ਦਿਮਾਗ 'ਚ ਤੁਹਾਡੀ ਐਂਟਰੀ ਪੈਣੀ ਆ ਉਸ ਹਿਸਾਬ ਨਾਲ ਸਾਰਾ ਇੰਤਜ਼ਾਮ ਹੋਣਾ ਸਾਨੂੰ 2 ਘੰਟੇ ਦਾ ਟਾਈਮ ਪਹਿਲਾਂ ਵੀ ਚਾਹੀਦਾ ਮੂਹਰੇ ਤੁਸੀਂ 12 ਤੋਂ ਪਹਿਲਾਂ ਆਉਣਾ ਵਾ ਹੱਥ ਜੋੜ ਕੇ ਲੇਟ ਨਾ ਹੋਇਓ ਬੇਨਤੀ ਆ ਕੋਈ ਇਹ ਵੀ ਨਾ ਸੋਚਿਓ ਵੀ ਸਿੱਧਾ CMC ਚਲੇ ਜਾਵਾਂਗੇ ਇੱਥੋਂ ਐਂਟਰੀ ਪੈਣੀ ਆ ਇੱਥੋਂ ਐਂਟਰੀ ਪੈ ਕੇ ਵਾਊਚਰ ਬਣਾਉਣਾ ਵਾ ਫਿਰ ਤੁਹਾਨੂੰ ਅਸੀਂ ਉੱਥੇ ਭੇਜਣਾ ਵਾ ਇਹ ਹੱਥ ਜੋੜ ਕੇ ਸਾਡੀ ਤੁਹਾਨੂੰ ਇੱਥੋਂ ਮਿਲਣਗੇ ਸਾਰੇ ਹਾਂਜੀ ਸਾਰਿਆਂ ਨੇ ਇੱਥੇ ਆਉਣਾ ਅਤੇ ਇੱਥੇ ਜਿਹੜੇ ਅਸੀਂ ਅੱਜ ਅੱਖਾਂ ਦਾ ਕੈਂਪ ਲਾਇਆ ਸੀ ਇਹਦੇ ਵਿੱਚ ਅਸੀਂ CMC ਹੋਸਪਿਟਲਾਂ ਦੀ ਡਾਕਟਰਾਂ ਦੀ ਜਿਹੜੀ ਟੀਮ ਆ ਉਹਦੇ ਨਾਲ ਗੱਲ ਕੀਤੀ ਸੀ ਵੀ ਜਿਹੜੇ ਅੱਖਾਂ ਦੇ ਕੈਂਪ ਲਾਉਂਦੇ ਆ ਤੁਸੀਂ ਫ੍ਰੀ ਮੈਡੀਕਲ ਕੈਂਪ ਲੱਗਦੇ ਆ ਕਈ ਹਸਪਤਾਲ ਲਾਉਂਦੇ ਆ ਪਰ ਸਾਡੇ ਨਾਲ ਉਹ ਕੈਂਪ ਸਾਡੇ ਕਰਮਾਂ 'ਚ ਨਹੀਂ ਸੀਗਾ ਸਾਨੂੰ ਨਹੀਂ ਮਿਲ ਸਕਿਆ ਤਾਂ ਇਹਨਾਂ ਨੇ ਇੱਕ ਪੇਸ਼ੈਂਟ ਦਾ 2500 ਰੁਪਏ ਦੇ ਹਿਸਾਬ ਨਾਲ ਚਾਰਜ ਕੀਤਾ ਸਾਡੇ ਨਾਲ ਵੀ ਇੱਕ ਮਰੀਜ਼ ਦੀ ਅੱਖ ਦਾ ਲੈਂਸ ਪਾਉਣ ਲਈ ਆਪਰੇਸ਼ਨ ਕਰਨ ਲਈ 2500 ਰੁਪਏ ਦਾ ਖਰਚਾ ਆਊਗਾ ਹੁਣ ਅੱਜ ਜਿਵੇਂ ਮੰਨ ਲਓ 55 ਪੇਸ਼ੈਂਟ ਆ ਜਿਨ੍ਹਾਂ ਨੇ ਲੈਂਸ ਪੈਣੇ ਆ ਨਾ
ਤੇ ਇਹਨਾਂ ਦੀ ਜਿਹੜੀ ਸੇਵਾ ਵਾ ਉਹ ਅਸੀਂ ਪਹਿਲਾਂ ਵੀ ਬੇਨਤੀ ਕੀਤੀ ਸੀ ਭੈਣ ਭਰਾਵਾਂ ਨੂੰ। ਕਈ ਭੈਣਾਂ ਨੇ ਕਈ ਵੀਰਾਂ ਨੇ ਨਾਮ ਲਿਖਾਏ ਵੀ ਆ, ਕੋਈ ਕਹਿੰਦਾ 5 ਮਰੀਜ਼ਾਂ ਦਾ ਆਪਰੇਸ਼ਨ ਕਰਨਾ, ਕੋਈ 2 ਦਾ, ਕੋਈ 4 ਦਾ। ਉੱਥੇ CMC 'ਚ ਕਰੀਬ 20-25 ਮਰੀਜ਼ਾਂ ਦੇ ਮੈਨੂੰ ਲੱਗਦਾ ਪੈਸੇ ਜਮ੍ਹਾਂ ਵੀ ਹੋ ਚੁੱਕੇ ਆ ਪਹਿਲਾਂ ਹੀ। ਅਤੇ ਬਾਕੀ ਜਿਹੜੇ ਰਹਿ ਗਏ ਆ ਉਹ ਵੀ ਜੇ ਕੋਈ ਭੈਣ ਭਰਾ ਆਪਣੀ ਦਸਾਂ ਨੌਹਾਂ ਦੀ ਕਿਰਤ ਦੇ ਵਿੱਚੋਂ ਹਿੱਸਾ ਪਾਉਣਾ ਚਾਹੁੰਦਾ ਤਾਂ ਉਹ ਸਿੱਧਾ CMC ਹਸਪਤਾਲ 'ਚ ਜਾ ਕੇ ਤੁਸੀਂ ਜਮ੍ਹਾਂ ਕਰਾਉਣੀ ਹੈ ਸੇਵਾ। ਉੱਥੇ ਕੱਲ੍ਹ ਨੂੰ 10 ਵਜੇ ਕਾਊਂਟਰ ਖੁੱਲੂਗਾ ਜਿੱਥੇ ਇਹਨਾਂ ਮਰੀਜ਼ਾਂ ਦੇ ਅੱਖਾਂ ਦੇ ਆਪਰੇਸ਼ਨਾਂ ਦੇ ਪੈਸੇ ਜਮ੍ਹਾਂ ਹੋ ਸਕਦੇ ਆ। 4 ਵਜੇ ਤੱਕ ਖੁੱਲ੍ਹਾ ਰਹੇਗਾ, ਤੁਸੀਂ ਉੱਥੇ ਜਾ ਕੇ ਜਮ੍ਹਾਂ ਕਰਾ ਸਕਦੇ ਆ। ਅਤੇ ਜਿਹੜੇ ਇਹ ਪੇਸ਼ੈਂਟ ਨੇ ਜਿਨ੍ਹਾਂ ਦੇ ਪੁਤਲੀਆਂ ਪੈਣੀਆਂ ਵਾ, ਇਹ 7 ਮਰੀਜ਼ ਨੇ ਸਾਡੇ, ਇਹਨਾਂ ਨੂੰ ਅਸੀਂ ਐਡਮਿਟ ਕਰਵਾਵਾਂਗੇ। ਉਸ ਹਿਸਾਬ ਨਾਲ ਤੁਸੀਂ ਸਾਡੇ ਨਾਲ ਸੰਪਰਕ ਕਰਕੇ ਇਹਨਾਂ ਦੇ ਵੀ ਪੈਸੇ ਤੁਸੀਂ ਸਿੱਧੇ ਉੱਥੇ ਜਾ ਕੇ ਇਹਨਾਂ ਦੇ ਨਾਮ 'ਤੇ, ਜਿਹੜਾ ਜਿਹੜਾ ਦਾਖਲ ਹੋਊਗਾ ਉਹਦੇ ਉਹਦੇ ਨਾਮ 'ਤੇ ਹੀ ਹੋਣੇ ਆ। ਜਿਵੇਂ ਜਿਵੇਂ ਸਾਨੂੰ ਡਾਕਟਰ ਕਹਿਣਗੇ ਵੀ 1-1 ਜਾਂ 2-2 ਕਰਕੇ ਆਪਰੇਸ਼ਨ ਹੋਣਗੇ ਇਹਨਾਂ ਦੇ, ਉਸ ਹਿਸਾਬ ਨਾਲ ਅਸੀਂ ਤੁਹਾਨੂੰ ਦੱਸ ਦਾਂਗੇ, ਤੁਸੀਂ ਸਾਡੇ ਨੰਬਰਾਂ 'ਤੇ ਸੰਪਰਕ ਕਰ ਸਕਦੇ ਹੋ। ਅਤੇ 20 ਮਰੀਜ਼ ਅੱਜ ਅਸੀਂ ਐਡਮਿਸ਼ਨ ਲਈ ਭੇਜ ਦਿੱਤੇ ਨੇ ਹਸਪਤਾਲ ਦੇ ਵਿੱਚ, ਅਤੇ 35 ਆ ਜਿਹੜੇ ਉਹ ਐਤਵਾਰ ਨੂੰ ਦਾਖਲ ਕਰਾਏ ਜਾਣਗੇ। ਇਹ ਅੱਜ ਦਾ ਜਿਹੜਾ ਸਾਡਾ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਕੈਂਪ ਸੀ ਅੱਖਾਂ ਦਾ, ਉਹਦੀ ਸਾਰੀ ਡਿਟੇਲ ਤੁਹਾਡੇ ਨਾਲ ਸਾਂਝੀ ਕੀਤੀ ਆ। ਅਰਦਾਸ ਕਰਿਓ ਇਹਨਾਂ ਸਾਡੀਆਂ ਮਾਵਾਂ ਦੀਆਂ ਅੱਖਾਂ ਠੀਕ ਹੋ ਜਾਣ, ਇਹਨਾਂ ਸਾਡੇ ਬਾਪੂ ਬਜ਼ੁਰਗਾਂ ਦੀਆਂ ਅੱਖਾਂ ਦੀ ਰੌਸ਼ਨੀ ਵਾਪਸ ਆ ਜਾਵੇ, ਇਹਨਾਂ ਸਾਡੀਆਂ ਉਹ ਕਹਿ ਦਈਏ ਨਾ ਸਾਡੀਆਂ ਧਰੋਹਰਾਂ, ਸਾਡਾ ਜੇ ਕੋਈ ਓਲਡ ਇਜ਼ ਗੋਲਡ, ਜਿਹੜੇ ਸਾਡੇ ਪੁਰਾਣੇ ਬਜ਼ੁਰਗ ਆ ਨਾ ਉਹ ਸਾਡਾ ਸੋਨਾ, ਉਹ ਸਾਡੇ ਸਰਮਾਇਆ ਵਾ ਸਾਡਾ। ਅਤੇ ਅੱਜ ਅਸੀਂ ਇਸ ਸਰਮਾਏ ਨੂੰ ਜੇ ਪਾਲਿਸ਼ ਕਰਕੇ ਚਮਕਾ ਕੇ ਸਾਫ਼ ਸੁਥਰਾ ਕਰਕੇ ਰੱਖਾਂਗੇ ਤਾਂ ਸਾਡੀਆਂ ਵੀ ਅਗਲੀਆਂ ਨਸਲਾਂ ਜਿਹੜੀਆਂ ਸਾਨੂੰ ਉਸੇ ਤਰੀਕੇ ਨਾਲ ਡੀਲ ਕਰਨਗੀਆਂ। ਅਤੇ ਅਸੀਂ ਇਸੇ ਚੀਜ਼ ਦਾ ਤੇ ਪਹਿਰਾ ਦਿੰਦਿਆਂ ਹੋਇਆਂ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਇਹ ਕੈਂਪ ਲਗਾਇਆ ਸੀ। ਸਾਨੂੰ ਬੜੀ ਖੁਸ਼ੀ ਹੋ ਰਹੀ ਅੱਜ ਵੀ ਜਿਹੜਾ ਅੱਖਾਂ ਦਾ ਕੈਂਪ 'ਚ 550 ਦੇ ਕਰੀਬ ਸਾਡੇ ਕੋਲ ਬਾਪੂ ਬਜ਼ੁਰਗ ਮਾਵਾਂ ਨੇ ਸਾਡੀਆਂ ਨੇ ਚੈੱਕਅਪ ਲਈ ਅਪਰੋਚ ਕੀਤਾ, ਜਿਹਦੇ ਵਿੱਚੋਂ ਕਿੰਨੇ ਐਨਕਾਂ ਲੱਗੀਆਂ ਪੁੱਤ, ਕਿੰਨਿਆਂ ਦੇ? 163 ਮੈਂਬਰਾਂ ਦੇ ਐਨਕਾਂ ਲੱਗੀਆਂ ਜੀ, ਜਿਨ੍ਹਾਂ ਨੂੰ ਐਨਕਾਂ ਦੀ ਜ਼ਰੂਰਤ ਸੀ। ਅਤੇ 55 ਆਪਰੇਸ਼ਨਾਂ ਲਈ ਸਿਲੈਕਟ ਹੋਏ, ਅਤੇ ਟੋਟਲ ਜਿਹੜੇ 532 ਮਰੀਜ਼ ਆਏ ਉਹਨਾਂ ਨੂੰ ਦਵਾਈਆਂ ਦਿੱਤੀਆਂ ਗਈਆਂ, ਆਈ ਡਰੋਪਸ ਅੱਖਾਂ ਦੇ ਵਿੱਚ ਪਾਉਣ ਲਈ, ਜਿਹੜੀਆਂ ਵੀ ਜ਼ਰੂਰਤਾਂ ਸੀ ਉਹਨਾਂ ਨੂੰ ਇਲਾਜ ਜਿਹੜਾ ਉਹਨਾਂ ਦਾ ਦਿੱਤਾ ਗਿਆ। ਅਤੇ ਉਹ ਦਵਾਈਆਂ ਸੀ ਜਿਹੜੀਆਂ ਉਹ ਵੀ ਵਾਹਿਗੁਰੂ ਨੇ ਸਾਡੇ ਕੋਲ ਭੇਜੀਆਂ। ਉਹ ਵੀਰ ਸੀਗੇ ਉੱਥੋਂ ਚੰਡੀਗੜ੍ਹ ਤੋਂ, ਉਹਨਾਂ ਨੇ ਸਾਨੂੰ ਉਹ ਮੈਡੀਸਨ ਆ ਜਿਹੜੀ ਉਹ ਪਹੁੰਚਦੀ ਕਰਤੀ ਸੀਗੀ, ਕਿਉਂਕਿ ਅਸੀਂ ਹਰ ਚੀਜ਼ ਦੀ ਜਿਹੜੀ ਪੋਸਟ ਆ ਉਹ ਸ਼ੇਅਰ ਕਰਦੇ ਹਾਂ ਫੇਸਬੁੱਕ ਅਤੇ ਸੋਸ਼ਲ ਮੀਡੀਆ 'ਤੇ, ਅਤੇ ਉੱਥੋਂ ਪੜ੍ਹ ਕੇ ਫਿਰ ਭੈਣ ਭਰਾ ਸਾਡੀਆਂ ਜਿਹੜੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਨੇ। ਅਤੇ ਅੱਗੋਂ ਹੁਣ ਜਿਹੜੇ ਆਪਰੇਸ਼ਨ ਹੋਣੇ ਆ ਇਹਨਾਂ ਦੀ ਵੀ ਸੇਵਾ ਸੱਚੇ ਪਾਤਸ਼ਾਹ ਨੇ ਕਿਸੇ ਨਾ ਕਿਸੇ ਦੇ ਲੇਖਾਂ 'ਚ ਲਿਖੀ ਹੋਈ ਆ, ਅਤੇ ਉਹਨਾਂ ਨੇ ਆਪਣੇ ਆਪ ਉਹ ਸਭ ਕੁਝ ਕਰ ਵੀ ਲੈਣਾ ਅਤੇ ਕਰਾ ਵੀ ਲੈਣਾ। ਅਸੀਂ ਤਾਂ ਇੱਕ ਜ਼ਰੀਆ, ਅਸੀਂ ਤਾਂ ਇੱਕ ਛੋਟਾ ਜਿਹਾ ਨਾਮ ਮਾਤਰ ਜਿਹਾ ਸਾਡਾ ਇੱਕ ਸੰਯੋਗ ਹੈ ਜਿਹੜਾ ਸਾਡਾ ਸਰੀਰ ਵਰਤਿਆ ਜਾ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਦੇ ਵਿੱਚ ਸਾਡੇ ਇੱਕ ਰਹਿ ਗਿਆ ਰਾਜਵੰਤ ਘੋਲੀਆ ਸਾਡਾ ਮਾਸਟਰ ਬਾਈ, ਇਹਦੀ ਟੀਮ, ਸਾਡੀਆਂ ਭੈਣਾਂ ਕਿਰਨ ਭੈਣ ਹੋਣੀ ਸੀਗੇ, ਸਾਡੇ ਇੱਕ ਉਹ ਦੂਸਰੇ ਭੈਣ ਸੀਗੇ ਜਿਹੜੇ ਕਿਰਨ ਭੈਣ ਦੇ ਨਾਲ ਸੀਗੇ, ਜਗਜੀਤ ਸਾਡਾ ਪਨੇਸਰ ਵੀਰ, ਉਹਨਾਂ ਨੇ ਭੈਣੇ ਕੀ ਨਾਂ ਤੁਹਾਡਾ? ਕਰਮਜੀਤ ਕੌਰ। ਹਾਂ ਬੇਟਾ ਤੇਰਾ ਕੀ ਨਾਂ? ਏਕਮਪ੍ਰੀਤ। ਏਕਮ ਦੇ ਤੁਸੀਂ ਵੀਰੇ? ਗੁਰਪ੍ਰੀਤ ਸਿੰਘ। ਇਹ ਸਾਰੇ ਵੀਰਾਂ ਨੇ ਇੱਥੇ ਵਲੰਟੀਅਰ ਲਈ ਰਿਕਾਰਡ ਨੂੰ ਮੇਨਟੇਨ ਕਰਨ ਦੇ ਵਿੱਚ ਯਤਨ ਕੀਤਾ, ਸੇਵਾ ਕੀਤੀ। ਸਾਡਾ ਗਗਨ ਜਿਹੜਾ ਵੀਰ ਅੱਖਾਂ ਦਾ ਡਾਕਟਰ ਵੀ ਆ, CMC ਤੋਂ ਹੀ ਪਾਸ ਆਊਟ ਆ, ਉਹ ਵੀਰ ਨੇ ਅੱਜ ਸਵੇਰ ਦੇ ਨੇ ਸੇਵਾ ਨਿਭਾਈ ਹੈ ਇੱਥੇ। ਫਿਰ ਸਾਡਾ ਡਾਕਟਰ ਗਗਨ ਬਿੱਲਾ ਡਾਕਟਰ ਸਾਡਾ, ਉਹਨੇ ਵੀ ਸਾਰਾ ਦਿਨ ਸੇਵਾਵਾਂ ਨਿਭਾਈਆਂ। ਅਤੇ ਰਾਜਵੰਤ ਘੋਲੀਏ ਨੂੰ ਇਹਦਾ ਇੰਚਾਰਜ ਬਣਾਇਆ ਗਿਆ ਸੀ, ਅਤੇ ਇਹਨਾਂ ਨੇ ਵੀ ਆਪਣੀ ਡਿਊਟੀ ਆ ਜਿਹੜੀ ਬਾਖੂਬੀ ਇੱਥੇ ਅਦਾ ਕੀਤੀ ਹੈ। ਅਤੇ ਨਾਲ ਸਾਡੇ ਕੈਮਰਾਮੈਨ ਵਿਨੋਦ ਜੀ, ਅਤੇ ਨਾਲ ਸੁਢਾਣਾ ਸਾਹਿਬ ਸਾਡੇ, ਦੇਖੋ ਜੀ ਇਹ ਵੀਰ, ਵੀਰੇ ਕਿੱਥੋਂ ਤੁਸੀਂ? ਫਾਜ਼ਿਲਕਾ ਤੋਂ। ਇਹ ਵੀਰਾ ਸੇਵਾ ਕਰਾਉਣ ਆਇਆ, ਫੋਟੋਗ੍ਰਾਫਰ ਆ ਬਾਈ। ਇਹ ਕਹਿੰਦਾ ਬਾਈ, ਕਹਿੰਦਾ ਮੈਂ ਫੋਟੋਗ੍ਰਾਫੀ ਦਾ ਕੰਮ ਕਰਦਾ ਬਈ, ਮੈਂ ਹੁਣ ਚਾਹੁੰਦਾ ਇੱਥੇ ਤੁਹਾਡੇ ਕੋਲ ਰਹਿ ਕੇ ਸੇਵਾ ਕਰਨੀ ਆ, ਵੀ ਮੈਨੂੰ ਦੱਸੋ ਫੋਟੋਗ੍ਰਾਫੀ ਰਿਲੇਟਡ ਕੀ ਕੰਮ ਕਰਾਂਗੇ। ਸਾਡੇ ਕੋਲ ਕੈਮਰਾ ਪੈਸੇ ਸੀ, ਬਾਈ ਦੇ ਗੱਲ 'ਚ ਪਾਤਾ ਸੀ, ਕਿ ਬਾਈ ਫੋਟੋ ਮੈਂ ਖਿੱਚੀ ਚੱਲ। ਇਹ ਮੇਰੀ ਬੇਟੀ ਨੇ ਭੇਜਿਆ ਸੀ ਕੈਮਰਾ, ਅਤੇ ਸਾਤੋਂ ਦਾ ਚਲਾ ਨਹੀਂ ਸੀ ਹੁੰਦਾ, ਅਤੇ ਸੁਢਾਣਾ ਸਾਹਿਬ ਨੇ ਸਿਰਾ ਕਰਿਆ ਪਿਆ, ਫੋਟੋ ਮੈਂ ਖਿੱਚ ਖਿੱਚ ਕੇ ਢੇਰ ਲਾਏ ਪਿਆ, ਤਾਂ 8-10 ਦਿਨ ਹੋ ਗਿਆ। ਸਮਾਈਲ ਸਮਾਈਲ ਹੀ ਕਰਾਈ ਜਾਂਦਾ ਬਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਹਾਂਜੀ।